ਜਦੋਂ ਸਪੀਕਰ ਲੱਗ ਜਾਏ, ਪਾਠ ਸ਼ੁਰੂ ਹੋ ਜਾਏ, ਅੰਮ੍ਰਿਤ ਵੇਲੇ ਨਿਤਨੇਮ ਸੁਖਮਣੀ ਸਾਹਿਬ, ਤੇ ਹਰ ਇੱਕ ਨੂੰ ਆਵਾਜ਼ ਪੈ ਜਾਂਦੀ, ਬਾਬਾ ਹਰ ਇੱਕ ਦਾ ਹੈ। ਸਿੱਖ ਲਈ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਅੱਗੇ ਤੂੰ ਦੋ ਵਾਰੀ ਮੱਥਾ ਟੇਕਣਾ ਦੇ, ਘੱਟ ਤੋਂ ਘੱਟ। ਜਦੋਂ ਮੱਥਾ ਟੇਕੇ ਤੇ ਘੰਟਾ ਡੇਢ ਘੰਟਾ ਸਵੇਰੇ ਤੇ ਘੰਟਾ ਕੁ ਸ਼ਾਮ ਨੂੰ ਬੈਠਣਾ, ਇਹ ਹੁਕਮ ਹੈ ਮਹਾਂਪੁਰਖਾਂ ਨੂੰ ਵੀ, ਹਰ ਗੁਰਸਿੱਖ। ਇਹ ਦੋ ਟਾਈਮ ਤੂੰ ਬਹਿਣਾ ਤੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਾ ਛੱਡੀ। ਕਲਯੁਗ ਤੇ ਦਇਆ ਕਰਕੇ ਸਾਨੂੰ ਘਰ ਘਰ ਗੁਰੂ ਮਿਲੇ ਆ, ਨਹੀਂ ਤਾਂ ਗੁਰੂ ਸਾਹਿਬ ਬੈਠੇ ਆਮ ਸਰ ਸਿੱਖ ਤੁਰ ਤੁਰ ਕੇ ਆਉਂਦੇ ਆ ਦਰਸ਼ਨ ਕਰਨ, ਮਹੀਨਾ ਮਹੀਨਾ ਲਾ ਕੇ ਜਾਂਦੇ ਆ। ਗੁਰੂ ਅਨੰਦਪੁਰ ਸਾਹਿਬ ਬੈਠੇ ਨੇ, ਸਿੱਖ ਆਉਂਦੇ ਆ ਮਹੀਨਾ ਮਹੀਨਾ, ਦੋ ਦੋ ਮਹੀਨੇ, ਛੇ ਛੇ ਮਹੀਨੇ ਲਾ ਜਾਂਦੇ ਆ, ਤੁਰ ਕੇ ਆਉਂਦੇ ਆ, ਨਾਲੇ ਪੂਰਾ ਦਸਵੰਧ ਭੇਟਾ ਲੈ ਕੇ ਆਉਂਦੇ। ਜਦੋਂ ਭਗਤੀ ਵਾਲੀ ਧਰਮ ਵਾਲੀ ਭਗਤੀ ਵਾਲੀ ਗੱਲ ਸਾਡੇ ਅੰਦਰੋਂ ਮਰ ਗਈ ਨਾ, ਫਿਰ ਅਸੀਂ ਜੀਂਦੇ ਨਹੀਂ ਗਏ, ਅਸੀਂ ਬੋਤੀ ਤੁਰੇ ਫਿਰਦੇ ਹਾਂ ਤੇ ਬਿਮਾਰੀਆਂ ਦੇ ਭਰੇ ਹਾਂ, ਇਹ ਵੀ ਪੱਕਾ ਹੈ, ਪੂਰੇ ਬਿਮਾਰੀਆਂ ਦੇ ਭਰੇ ਹਾਂ। ਜਦੋਂ ਤੁਸੀਂ ਸਵੇਰੇ ਸ਼ਾਮ ਨੇਮ 'ਚ ਨਹੀਂ ਆਓਗੇ, ਤੁਹਾਨੂੰ ਕਲਯੁਗ ਚੰਬੜਨਾ ਹੀ ਚੰਬੜਨਾ, ਚਾਹੇ ਕਿਸੇ ਨਾਲ ਲੜਾਈ ਪਵੇ, ਚਾਹੇ ਕੋਈ ਬਿਮਾਰੀ ਡਰਾਵੇ, ਚਾਹੇ ਕੋਈ ਸੱਜਣ ਮਿੱਤਰ ਡਰਾਵੇ, ਚਾਹੇ ਕੋਈ ਪੁਲਿਸ ਦੇ ਕੇਸ ਪੈਣ, ਚਾਹੇ ਕੋਈ ਬੱਚਾ ਨਸ਼ਿਆਂ 'ਚ ਰੁੜ ਜੇ, ਜਾਂ ਧੀ ਨੂੰ ਸਹੁਰੇ ਘਰ 'ਚੋਂ ਦੁੱਖ ਆਉਣੇ ਸ਼ੁਰੂ, ਕੋਈ ਕੋਈ ਅਲਾਮਤ ਚੰਬੜਨੀ ਚੰਬੜਨੀ, ਲਿਆ ਹੀ ਨਹੀਂ। ਹੁਕਮ ਤਾਂ ਇਹ 24 ਘੰਟੇ ਜਪਣਾ ਚਾਹੀਦਾ ਰੱਬ ਦਾ ਨਾਮ, ਪਰ ਉਹਨਾਂ ਕਿਹਾ ਕਲਯੁਗੇ ਤੂੰ ਦਸਵਾਂ ਹਿੱਸਾ ਜਪ ਜਾ, 22 ਘੰਟੇ ਜਿੱਥੇ ਮਰਜ਼ੀ ਤੁਰਿਆ ਪਿਆ, ਸੌਲਾ ਕੰਮ ਕਰ ਲਾ, 2-2.5 ਘੰਟੇ ਤਾਂ ਕੱਢ ਸਿਮਰਨ ਵਿੱਚ, ਸੰਗਤ ਵਿੱਚ ਬੈਠ, ਦੀਵਾਨ ਵਿੱਚ ਬੈਠ, ਕੀਰਤਨ ਚ ਬੈਠ। ਨਾਨਕ ਮੋਇਆ ਕਾ ਕਿਆ ਮਾਰਨਾ ਜੋ ਆਪ ਮਾਰੇ ਗੋਬਿੰਦ, ਜਿਹੜੇ ਨਹੀਂ ਗੁਰੂ ਘਰ ਵੜਦੇ ਨਾ, ਮੱਥਾ ਨਹੀਂ ਟੇਕਦੇ, ਕੋਈ ਤੁਛ ਭੇਟਾ ਨਹੀਂ ਰੱਖਦੇ ਗੁਰੂ ਸਾਹਿਬ ਅੱਗੇ, ਸੰਗਤ ਚ ਰੋਜ਼ ਨਹੀਂ ਆਉਂਦੇ 2 ਟਾਈਮ, ਕਹਿੰਦੇ ਉਹਨਾਂ ਮੋਇਆ ਦਾ ਕੀ ਮਾਰਨਾ, ਰੱਬ ਦੇ ਮਾਰੇ ਹੋਏ ਆ, ਗੋਬਿੰਦ ਦੇ ਮਾਰੇ ਹੋਏ ਨੇ, ਉਹਨਾਂ ਦਾ ਕੀ ਮਾਰਨਾ। ਇਹਨਾਂ ਪਾਪੀਆਂ ਦਾ ਜਿਹੜੇ ਨਹੀਂ ਆਉਂਦੇ, ਇਹਨਾਂ ਪਾਪੀਆਂ ਦਾ ਕੀ ਮਾਰਨਾ, ਮਰੇ ਹੋਏ ਨੇ, ਆਪ ਮਾਰੇ ਗੋਬਿੰਦ, ਮੋਇਆ ਕਾ ਕਿਆ ਮਾਰਨਾ, ਕਾਹਦਾ ਮਾਰਨਾ। ਸੋ ਮੂਆ ਜਿਸ ਮਨੋ ਵਿਸਾਰ, ਉਹ ਮਰਿਆ ਹੈ ਜਿਹੜਾ ਰੱਬ ਨੂੰ ਵਿਸਾਰਦਾ, ਮਨੋ ਜੀਂਦਾ ਨਹੀਂ। ਮ੍ਰਿਤਕ ਕਹੀਏ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ, ਅਤ ਸੁੰਦਰ ਕਲੀਨ ਮੁਕ ਗਿਆਨੀ ਧਨਵੰਤ, ਅਤ ਸੁੰਦਰ ਚਤੁਰ ਆਪਣੇ ਹਾਂ
ਬਹੁਤ ਸਿਰੇ ਦਾ ਸੁੰਦਰ ਆਦਮੀ ਪੜੇ ਅਤ ਸੁੰਦਰ ਕੁਲੀਨ ਚਤੁਰ ਮੁਖ ਯਾਨੀ ਧਨਵੰਤ ਕਹਿੰਦੇ ਬਹੁਤ ਹੀ ਸੋਹਣਾ ਅਤ ਸੁੰਦਰ ਵਾਜ ਦਬਾ ਨਾ ਪਾਈ ਬਖਸ਼ਾਲਾ ਅਤ ਸੁੰਦਰ ਬਹੁਤ ਹੀ ਸੋਹਣਾ ਅਤ ਬਹੁਤ ਸੋਹਣਾ ਚਤੁਰ ਬਹੁਤ ਤੇਜ ਹੁਸ਼ਿਆਰ ਅਤ ਸੁੰਦਰ ਕੁਲੀਨ ਬੜੀ ਉੱਚੀ ਕੁੱਲ ਦਾ ਹੈ ਜਿਹੜੀ ਸਭ ਤੋਂ ਉੱਚੀਆਂ ਮੰਨੀਆਂ ਜਾਂਦੀਆਂ ਉਸ ਕੁੱਲ ਐਡੇ ਗਿਆਨ ਉਹਨੂੰ ਨੇ ਬਸ ਜਦੋਂ ਕਰਦਾ ਦੁਨੀਆਂ ਪੜ ਲੈਂਦਾ ਗਿਆਨੀ ਵੀ ਪੈਸਾ ਵੀ ਬਹੁਤ ਹੀ ਧਨ ਵਾਲਾ ਹੈ ਧਨੀ ਪੁਰਸ਼ ਪੈਸੇ ਵਾਲਾ ਗੰਨਾ ਗੱਲਾਂ ਦਾ ਪੂਰਾ ਗਿਆਨੀ ਚਤੁਰ ਉੱਚੀ ਕੁੱਲ ਵਾਲਾ ਬਹੁਤ ਹੀ ਸੋਹਣਾ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਇਹ ਤਾਂ ਮਰਿਆ ਹੋਇਆ ਜੀਂਦਾ ਥੋੜਾ ਜੇ ਜੀਂਦਾ ਹੁੰਦਾ ਸ਼ਰਮ ਹੁੰਦੀ ਕਿ ਗੁਰੂ ਘਰ ਕੋਤਰੀ ਚੱਲ ਰਹੀ ਅੰਦਰੋਂ ਹਿਰਦੇ ਮਰੇ ਪਏ ਨੇ ਸ਼ਰਮ ਆਉਂਦੀ ਕਿ ਗੁਰੂ ਘਰ ਕੋਤਰੀ ਚੱਲ ਰਹੀ ਮੈਂ ਦੋ ਵੇਲੇ ਸੇਵਾ ਕਰਕੇ ਆਵਾਂ ਪਾਠ ਕਰਕੇ ਆਵਾਂ ਸੁਖਮਣੀ ਦੀ ਰੌਣ ਲਾ ਕੇ ਆਵਾਂ ਕਿੱਧਰ ਫਿਰਦੇ ਅਸੀਂ ਫਿਰ ਤੈਨੂੰ ਠਾਣੇ ਹਸਪਤਾਲ ਕੋਰਟ ਕਚਹਿਰੀਆਂ ਹੀ ਚੰਗੇ ਲੱਗਦੇ ਆ ਵੀ ਮੈਂ ਇੱਧਰ ਹੀ ਗੇੜੇ ਕੱਢਣੇ ਆ ਇੱਧਰ ਗੇੜੇ ਕੱਢਿਆ ਉਹ ਛੁੱਟਦਾ ਖਹਿੜਾ ਉੱਧਰੋਂ ਉੱਧਰੋਂ ਜਾਨ ਛੁੱਟਦੀ ਹੈ ਇੱਕ ਗੇੜਾ ਗੁਰੂ ਘਰ ਦਾ ਛੱਡੋਗੇ ਸੌ ਗੇੜੇ ਤੁਹਾਨੂੰ ਦੁੱਖ ਦੇ ਨਾਲ ਕੱਢਣੇ ਪੈਣਗੇ ਬੱਧੇ ਛੱਡੀ ਗੱਲ ਬਿਪਤਾ ਪਈ ਇੱਕ ਗੇੜਾ ਛੱਡਾਂਗੇ ਤੇ ਸੌ ਗੇੜੇ ਕੱਢਣੇ ਪੈਣਗੇ ਮਾੜੇ ਪਾਸੇ ਉਹ ਸਮੇਂ ਕਿ ਇੱਕ ਖੰਡ ਪਾਠ ਖੁੱਲਿਆ ਤੇ ਸਾਰਾ ਪਿੰਡ ਤੁਰ ਪਿਆ ਇੱਧਰ ਕੋਤਰੀ ਖੁੱਲੀ ਤੇ ਸੁਰਤੀ ਨਹੀਂ ਕਿਸੇ ਜਿਨ੍ਹਾਂ ਦਾ ਪਾਠ ਹੈ ਨਾ ਉਹਨਾਂ ਨੂੰ ਵੀ ਬਿਪਤਾ ਹੀ ਪੈ ਗਈ ਵੀ ਹੁਣ ਕਿਵੇਂ ਕਰਾਂਗੇ ਬਾਬਿਆਂ ਦੇ ਜਾਣਾ ਪੈਣਾ ਸਾਡਾ ਪਾਠ ਹੀ ਮੁੱਲ ਖਰੀਦਿਆ ਰੱਬ ਮਿਲ ਜੇ ਬਸ ਦੋ ਚਾਰ ਹਜ਼ਾਰ ਪੰਜ ਹਜ਼ਾਰ ਦੇ ਦਿਓ ਤੇ ਬਾਬਾ ਖਰੀਦ ਕੇ ਲੈ ਆਓ ਪੰਜ ਹਜ਼ਾਰ ਚ ਬਾਬਾ ਨਹੀਂ ਖਰੀਦਿਆ ਜਾਣਾ ਤਿੰਨੇ ਦਿਨ ਝਾੜੂ ਮਾਰਨਾ ਛਿੜਕਾ ਕਰਨਾ ਦਰੀਆਂ ਵਿਛਾਉਣੀਆਂ ਪ੍ਰਸ਼ਾਦੇ ਬਣਾਉਣੇ ਪਕਾਉਣੇ ਛਕਾਉਣੇ ਪਾਠ ਸਾਰਾ ਦਿਨ ਸੁਣਨਾ ਫਿਰ ਤਾਂ ਤੇਰਾ ਖੰਡ ਪਾਠ ਕੁਝ ਸਵਾਰੇਗਾ ਨਹੀਂ ਤਾਂ ਮਾਇਆ ਚੱਕੀ ਫਿਰ ਆਪਦੀ ਮਾਇਆ ਦੀ ਕੋਈ ਗੱਲ ਨਹੀਂ ਗਈ ਮਾਇਆ ਤਾਂ ਰੱਬ ਨੇ ਕੰਜਰਾਂ ਨੂੰ ਵੀ ਦਿੱਤੀ ਮਾਇਆ ਕਰਕੇ ਨਹੀਂ ਕੋਈ ਵੱਡਾ ਸੰਤ ਸਮਾਗਮ ਕਰਕੇ ਸੇਵਾ ਕਰਕੇ ਵੱਡਾ ਹੈ ਭਾਂਡੇ ਮਾਂਜੋ ਪਾਠ ਸੁਣੋ ਪੂਰਾ ਪਰਿਵਾਰ ਭੱਜੋ ਦੌੜਾਂ ਲਾਓ ਗੁਰੂ ਵਾਲੇ ਪਾਸੇ ਚੱਲ ਚੱਲ ਬੇਟਾ ਚੱਲ ਚੱਲ ਪੁੱਤਰ ਆਪਣਾ ਪਾਠ ਰੱਖਿਆ ਹੋਇਆ ਹੈ ਚੱਲੋ ਜਾ ਕੇ ਸੁਣੋ ਬੱਚਿਓ ਮਾਂ
ਮਾਂ ਬਾਪ ਦਾ ਸੌਰਿਆ ਪਿਆ ਪੁੱਤ ਕੀ ਕਰ, ਉਹਨਾਂ ਨੂੰ ਚਾਅ ਨਹੀਂ। ਪਾਠ ਇੱਕ ਰੱਖਿਆ ਪਿੰਡ ਤੁਰ ਪਿਆ, ਸਾਡੇ ਤਾਂ ਐਡੇ ਮਾੜੇ ਹਾਲ ਹੋ ਗਏ। ਘਰ ਵਿੱਚ ਪਾਠ ਖੁੱਲੇ ਤੋਂ ਸਾਡੀਆਂ ਅੱਖਾਂ ਨਹੀਂ ਖੁੱਲਦੀਆਂ, ਸੁੱਤੇ ਪਏ ਹੋਏ। ਇਹ ਗੁਰੂ ਨਾਨਕ ਸਾਹਿਬ ਨੇ, ਗੁਰੂ ਅਰਜਨ ਸਾਹਿਬ ਨੇ ਕਿਹਾ ਸੀ ਮੇਰੇ ਸਿਰ 'ਤੇ ਆ, ਇਹਨਾਂ ਦਾ ਥਾਂ ਮੇਰੇ ਸਿਰ 'ਤੇ। ਬਾਬਾ ਦੀਪ ਸਿੰਘ ਨੇ ਕਿਹਾ ਸੀ ਆ ਸਿਰ ਇਸ ਗੁਰੂ ਦਾ ਏ, ਭੇਟ ਕਰ ਦੇਣਾ ਜਾ ਕੇ, ਵੱਢ ਕੇ ਗੁਰੂ ਅੱਗੇ ਰੱਖ ਦੇਣਾ। ਸ਼ਹੀਦਾਂ ਨੇ, ਮਹਾਂਪੁਰਖਾਂ ਨੇ ਗੁਰੂ ਸਾਹਿਬ ਦੇ ਪਿੱਛੇ ਸ਼ਹੀਦੀਆਂ ਦਿੱਤੀਆਂ। ਪਰਿਵਾਰ ਸੱਤ ਸੱਤ ਭਰਾ ਵੀ, ਮਤੀ ਦਾਸ, ਸਤੀ ਦਾਸ, ਸਾਰੇ ਸੱਤੇ ਦੇ ਸੱਤੇ ਭਰਾ ਹੀ ਸ਼ਹੀਦ ਹੋਏ ਗੁਰੂ ਪਿੱਛੇ। ਜ਼ਮੀਨਾਂ ਪਿੱਛੇ ਮਰਦੇ ਹਾਂ ਅਸੀਂ, ਵੱਟ ਪਿੱਛੇ ਮਰ ਪਏ, ਉੱਚੀ ਨੀਵੀਂ ਗੱਲ ਪਿੱਛੇ ਲੜ ਕੇ ਮਰ ਗਏ। ਗੁਰੂ ਪਿੱਛੇ ਮਰੇ ਉਹ ਸੱਤੇ ਭਰਾ ਹੀ ਸੱਤੇ। ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜ਼ਾਦੇ ਬੱਚੇ ਸੀ, ਬੱਚੇ ਸ਼ਹੀਦੀਆਂ ਪਾ ਗਏ। ਸਾਹਿਬਜ਼ਾਦਿਆਂ ਦੀ ਤੁਸੀਂ ਇਤਿਹਾਸ ਸੁਣਿਆ, ਉਹਨਾਂ ਦੀ ਫਿਲਮ ਵੀ ਦਿਖਾਉਂਦੇ ਹੁੰਦੇ ਆ ਕਿ ਸਾਹਿਬਜ਼ਾਦੇ ਕਿੱਡੀਆਂ ਕੁਰਬਾਨੀਆਂ ਵਾਲੇ ਸੀ, 5-7 ਸਾਲ ਦੀ ਉਮਰਾਂ ਵਾਲੇ। ਇੰਨੀ ਅਕਲ 50 ਸਾਲ ਵਾਲਿਆਂ ਨੂੰ ਨਹੀਂ ਹੈਗੀ। ਲਾਓ ਤਾਰਨਾ, ਗੁਰਮੁਖ ਨਦੀਆਂ ਚੀਰਦੇ ਆਉਂਦੇ, ਨਾਲ ਬੈਠੇ ਸੌ ਜਾਂਦੇ। ਤਾਰਨਾ ਲਾਓ, ਗੁਰਮੁਖ ਨਦੀਆਂ ਚੀਰਦੇ ਚੀਰਦੇ ਆਉਂਦੇ ਮਿਲਣ ਪਿਆਰੇ, ਗੁਰਮੁਖ ਨਦੀਆਂ ਚੀਰ ਪਿਆਰੇ ਨੂੰ ਨਦੀਆਂ ਚੀਰ।